ਸਭ ਤੋਂ ਸਰਪ੍ਰਾਈਜ਼ਿੰਗ ਕੀ ਹੈ ਆਪਾਂ ਐਜੂਕੇਸ਼ਨਲੀ ਤੁਸੀਂ ਬਾਹਰ ਭੇਜਦੇ ਹੋ ਔਰ ਉੱਥੇ ਉਹ ਪੇਬੈਕ ਦੀ ਗੱਲ ਕਰ ਰਿਹਾ ਐ ਐਕਚੁਅਲ 'ਚ ਇਹ ਦੇ ਅੰਦਰ ਬਹੁਤ بڑا ਧੋਖਾ ਹੈ ਕੋਈ ਆਪਣੀ ਜੇਬ ਤੇ ਤੁਹਾਨੂੰ ਕੋਈ ਕਿਉਂ ਖਵਾਏਗਾ ਆਨੇ ਵਾਲੇ ਮਹੀਨੇ ਦੋ ਮਹੀਨੇ ਤੁਸੀਂ ਦੇਖੋਗੇ ਫਰਾਡ ਦੇ ਕੇਸਸ 'ਚ 100 200% ਬੜੋਤਰੀ ਹੋਣੀ ਹੈ ਔਰ ਇਹ ਸਰਕਾਰ ਨੂੰ ਇਹਦੇ 'ਚ ਦੇਖਣਾ ਚਾਹੀਦਾ ਇੰਨੀ ਕਿ ਕਨਫਿਊਜ਼ਨ ਹੋ ਗਈ ਹੈ ਕਿ ਮੈਂ ਤੁਹਾਨੂੰ ਸੱਚੀ ਦੱਸਾਂ ਕਿ ਟਰਸਟ ਲੋਕਾਂ ਦਾ ਛੇਕ ਹੁੰਦਾ ਜਾ ਰਿਹਾ ਹੈ ਸਟੂਡੈਂਟਸ ਨੂੰ ਸਮਾਂ ਨਹੀਂ ਲੱਗ ਰਿਹਾ ਕਿ ਅਸੀਂ ਕਿਹਦੇ ਤੇ ਕਰੀਏ ਔਰ ਅਸੀਂ ਵੀ ਤਾਂ ਹੀ ਤੁਹਾਡੇ ਤੱਕ ਪਹੁੰਚੇ ਆ। ਫਿਲਹਾਲ ਕੈਨੇਡਾ ਦੇ ਵੀ ਰਿਫਿਊਜ਼ਲ ਆਏ ਨੇ ਜੀ ਬਹੁਤ ਸਾਰੇ ਜਿੱਥੇ ਬੱਚਿਆਂ ਨੂੰ ਔਨ ਫੰਡਸ ਰਿਫਿਊਜ਼ ਕੀਤਾ ਗਿਆ ਹੈ। ਕਿਉਂਕਿ ਏਜੰਟਸ ਨਵੇਂ ਉਹਨਾਂ ਨੂੰ ਪਤਾ ਨਹੀਂ ਉਹਨੇ ਗਲਤ ਫਾਈਲ ਲਗਾਤੀਆਂ ਫੀਸ ਆਫਟਰ ਵੀਜ਼ਾ ਚੱਕਰ 'ਚ ਪੈ ਗਏ ਔਰ ਪਰੇਸ਼ਾਨੀ ਹੈ। ਸਰ ਇੱਕ ਪਾਸੇ ਸਰਕਾਰ ਤੋਂ ਸਰਟੀਫਾਈ ਇੱਕ ਪਾਸੇ ਸਰਕਾਰ ਖੁਦ ਸੋ ਮਤਲਬ ਕਨਫਿਊਜ਼ਨ ਪੜੀ ਹੈ ਮਤਲਬ ਮੈਨੂੰ ਇਹ ਲੱਗ ਰਿਹਾ ਕਨਫਿਊਜ਼ਨ ਜ਼ਿਆਦਾ ਕ੍ਰੀਏਟ ਹੋ ਜਾਏਗੀ। ਜਿਹੜੇ ਬਾਹਰੋਂ ਪੜ ਕੇ ਆਏ ਨੇ। ਕੀ ਅਸ ਪੰਜਾਬ ਸਰਕਾਰ ਉਹਨ ਕਿ ਪੰਜਾਬ ਸਰਕਾਰ ਇਦਾਂ ਦੇ ਬੰਦੇ ਲੈ ਕੇ ਆਏਗੀ ਨਹੀਂ ਲੈ ਪਾਏਗੀ ਇੰਨੇ ਵੱਡੇ ਲੈਵਲ ਤੇ ਪਹਿਲੀ ਵਾਰੀ ਅਸੀਂ ਵੀ ਸੁਣਿਆ ਸੰਸਨੀ ਖੇਜ਼ ਖੁਲਾਸਾ ਟਾਈਪ ਬੜਾ ਵੱਡਾ ਬਲਾਸਟ ਹੋਇਆ ਸੀ ਬਹੁਤ ਸਾਰੇ ਬੰਦੇ ਏ ਸੀਗੇ ਜਿਹੜੇ 99% ਬੰਦੇ ਸੀਗੇ ਜਿਨ੍ਹਾਂ ਦੇ ਕੋਲ ਲਾਇਸੈਂਸ ਹੀ ਨਹੀਂ ਸੀ ਈਚ ਐਂਡ ਏਵਰੀ ਸਟੂਡੈਂਟ ਜਿਹੜਾ ਕਿ ਪਰੇਸ਼ਾਨ ਹੈ ਜਿਹੜਾ ਕਿ ਕਹਿ ਰਿਹਾ ਕਿ ਵੀ ਮੇਰਾ ਮੈਨੂੰ ਵੀਜ਼ੇ ਦੇ ਸਟੱਡੀ ਵੀਜ਼ੇ ਦੇ ਨਾਮ ਨਾਲ ਠੱਗੀ ਖੜੀ ਹੈ ਠੱਗੀ ਹੋਈ ਹੈ ਅਸੀਂ ਦੇਖਾਂਗੇ ਕਿਉਂਕਿ ਅਸੀਂ ਇਸ ਇੰਡਸਟਰੀ ਨੂੰ ਬਚਾਉਣਾ ਚਾਹੁੰਦੇ ਹਾਂ जन हितैषी देख रहे दर्शकों का स्वागत है जन जन की बात जन हितैषी के साथ दोस्तों मैं संदीप शर्मा एक बार फिर ਤੁਹਾਡਾ ਰੂਬਰੂ ਹੋ ਰਿਹਾ ਤੇ ਅੱਜ ਤੋਂ ਅਸੀਂ ਇੱਕ ਨਵਾਂ ਸੀਰੀਜ਼ ਕਿਹ ਲੋ ਸ਼ੁਰੂ ਕਰਨ ਜਾ ਰਹੇ ਹਾਂ ਔਰ ਇਹ ਸੀਰੀਜ਼ ਹੈਗੀ ਹੈ এডਿਕੇਸ਼ਨ ਸੈਕਟਰ ਤੇ ਸਟਡੀ ਅਬ੍ਰੋਡ ਤੇ ਇਹਦਾ ਮਕਸਦ ਖਾਸ ਹੈ ਕਿਉਂਕਿ ਲਾਕਡਾਊਨ ਦੇ ਦੌਰਾਨ ਅਸੀਂ ਦੇਖਿਆ ਕਿ ਸਾਰਿਆਂ ਨੇ ਕਿ ਲਾਕਡਾਊਨ ਦੇ ਦੌਰਾਨ ਕੋਈ ਵੀ ਬਾਹਰ ਨਹੀਂ ਜਾ ਪਾਇਆ ਉਪਰਟਾ ਜਿਹੜੇ ਜਾ ਰਹੇ ਸੀ ਉਹ ਰੁਕ ਗਏ ਸੋ ਔਰ ਇੰਨੀ ਕ ਅਨਸਰਟੇਨਟੀ ਹਾਈ ਤੱਕ ਬਣੀ ਹੋਈ ਹੈ ਕਿ ਇਹ ਹੀ ਨਹੀਂ ਪਤਾ ਲੱਗ ਰਿਹਾ ਕਿ ਕਿਹੜੇ ਦੇਸ਼ 'ਚ ਅਸੀਂ ਵੀਜ਼ਾ ਅਪਲਾਈ ਕਰੀਏ ਨਹੀਂ ਕਰੀਏ ਔਰ ਬਹੁਤ ਸਾਰੀਆਂ ਚੀਜ਼ਾਂ ਇੰਨੀਆਂ ਕ ਅਨਸਰਟੇਨਟੀ ਹੈ ਜਿਹੜੇ ਸਟੱਡੀ ਅਬ੍ਰੋਡ ਦੇ ਕੰਸਲਟੈਂਟਸ ਹੈਗੇ ਆ ਉਹ ਅਲੱਗ-ਅਲੱਗ ਆਫਰਸ ਦੇ ਰਹੇ ਆ ਲੇਕਿਨ ਇੱਕ ਆਮ ਜਿਹੜਾ ਸਟੂਡੈਂਟ ਹੈ ਇੱਕ ਆਮ ਬੱਚਾ ਜਿਹੜਾ ਜਾਣਾ ਚਾਹ ਰਿਹਾ ਕਿਉਂਕਿ ਉਹ ਆਪਣੀ ਹਾਰਡ ਐਂਡ ਬਣੀ ਇਸਤੇਮਾਲ ਕਰਕੇ ਜਾ ਰਿਹਾ ਸੋ ਉਹਨੂੰ ਬੜੀ ਕਨਫਿਊਜ਼ਨਸ ਹੋਈਆਂ ਆਈਆਂ ਸੋ ਇਸ ਸਾਰੀ ਚੀਜ਼ ਲਈ ਅਸੀਂ ਪਹੁੰਚੇ ਆਂ ਸਾਕਾ ਦੇ ਪ੍ਰੈਜ਼ੀਡੈਂਟ ਨਾਲ ਜੀ ਹਾਂ ਸਟੱਡੀ ਅਬ੍ਰੋਡ ਦੇ ਨੈਸ਼ਨਲ ਪ੍ਰੈਜ਼ੀਡੈਂਟ ਸੁਮਤੀਸ਼ ਮਲਹੋਤਰਾ ਜੀ ਨਾਲ ਅੱਜ ਤੁਹਾਨੂੰ ਰੂਪ ਰੂਪ ਕਰਾਵਾਂਗੇ ਤੇ ਇਹਨਾਂ ਨੂੰ ਪੁੱਛਦੇ ਹਾਂ ਕਿ ਕੋਵਿਡ ਦਾ ਇਹ ਦੌਰ ਇਸ ਸਟੱਡੀ ਅਬ੍ਰੋਡ ਇੰਡਸਟਰੀ ਲਈ ਕਿਦਾਂ ਦਾ ਰਿਹਾ ਪਹਿਲਾਂ ਤਾਂ ਸਰ ਨਮਸਕਾਰ ਜੀ ਨਮਸਕਾਰ ਜੀ ਥੈਂਕ ਯੂ ਸੰਦੀਪ ਜੀ ਤੁਸੀਂ ਬਹੁਤ ਵਧੀਆ ਮੁੱਦਾ ਚੱਕਿਆ ਸਾਡੇ ਲਈ ਇਸ ਸਾਲ ਮਤਲਬ 2020 ਮਾਰਚ ਤੋਂ ਬਹੁਤ ਬਹੁਤ ਹੀ ਜ਼ਿਆਦਾ ਮੜਾ ਰਿਹਾ ਕਿਉਂਕਿ ਅਸੀਂ ਦੇਖਿਆ ਕਿ ਜਿੰਨੇ ਕੁ ਬੱਚੇ ਸੀ ਇਨ੍ਹਾਂ ਤੇ ਆਇਲਸ ਪੜਾ ਪਏ ਇਨ੍ਹਾਂ ਬੱਚੇ ਬਾਹਰ ਭੇਜ ਪਏ ਥੋੜੇ-ਬੋੜੇ ਹੁਣ ਜਾਣੇ ਜਾ ਕੇ ਸ਼ੁਰੂ ਹੋਏ ਨੇ ਤੇ ਮਤਲਬ ਰੈਂਟਸ ਵੀ ਪਏ ਗਏ ਸੈਲਰੀਜ਼ ਵੀ ਪਏ ਗਏ ਆਂ ਔਰ ਮਤਲਬ ਇੱਕ ਇੱਕ ਲੈਵਲ ਤੋਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੀ ਇੰਡਸਟਰੀ ਨੂੰ ਜੀ ਸਰ ਇੱਥੋਂ ਹੀ ਮੈਂ ਗੱਲ ਕਰਨਾ ਚਾਹਾਂਗਾ ਅਸੀਂ ਵੀ ਤੁਹਾਡੇ ਕੋਲ ਇੱਕ ਖਾਸ ਮਕਸਦ ਨਾਲ ਹੀ ਅੱਜ ਆਏ ਆਂ ਤੁਸੀਂ ਕਹਿ ਰਹੇ ਹੋ ਨੁਕਸਾਨ ਬਹੁਤ ਹੋਇਆ ਇੰਡਸਟਰੀ ਨੂੰ ਹਾਲਾਂਕਿ ਸ਼ਾਇਦ ਜਿੱਥੇ ਤੱਕ ਸਾਡੀ ਸਮਝ ਹੈ ਸਾਨੂੰ ਵੀ ਇਦਾਂ ਦੇ ਹੀ ਕੁਝ ਲੱਗਿਆ ਪਰ ਕੁੱਲ ਮਿਲਾ ਕੇ ਅੱਜ ਅਸੀਂ ਪਿਛਲੇ ਕੁਝ ਦਿਨਾਂ ਤੋਂ ਦੇਖਿਆ ਹੈ ਕਿ ਲੋਕ ਕੁਝ ਕੰਸਲਟੈਂਟਸ ਸਟੱਡੀ ਅਬ੍ਰੋਡ ਦੇ ਤੁਹਾਡੀ ਹੋਪਸ ਤੁਹਾਡੀ ਐਸੋਸੀਏਸ਼ਨ ਦੇ ਪਾਰਟਨ ਪਾਰਸਲ ਹੋਣਗੇ ਕਿਉਂਕਿ ਤੁਸੀਂ ਨੈਸ਼ਨਲ ਪ੍ਰੈਜ਼ੀਡੈਂਟ ਹੋ ਸੋ ਦੇ ਆਰ ਡੂਇੰਗ ਕਿ ਉਹ ਲਾਈਵ ਹੋ ਰਿਹਾ ਹੈ ਯਾ ਇਹਦੀ ਆਫਰਸ ਕਰ ਰਹੇ ਹੈ ਇਹਦੀ ਵੀਡੀਓਜ਼ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਜਿਵੇਂ ਲੱਗਦਾ ਹੈ ਕਿ ਜਿਵੇਂ ਇੱਕ ਸੌਰੀ ਟੂ ਸੇ ਮੈਂ ਵਰਡ ਯੂਜ਼ ਕਰ ਰਹੇ ਆ ਲੱਗ ਰਹੇ ਜਿਵੇਂ ਸੂਟਾਂ ਦੀ ਸੇਲ ਲੱਗੀ ਹੁੰਦੀ ਹੈ ਜਾਂ ਉਹ ਕੰਡਕਟਰ ਬੱਸ ਕੰਡਕਟਰ ਆਵਾਜ਼ ਮਾਰ ਰਹੇ ਹੁੰਦਾ ਜਲੰਧਰ ਲੁਧਿਆਣਾ ਫਗਵਾੜਾ ਲੁਧਿਆਣਾ ਏਦਾਂ ਦੀ ਕਰਕੇ ਉਹ ਏਦਾਂ ਏਦਾਂ ਦੀ ਆਫਰਸ ਕਰ ਰਹੇ ਔਰ ਉਹਦੇ ਵਿੱਚ ਸਭ ਤੋਂ ਸਰਪ੍ਰਾਈਜ਼ਿੰਗ ਕੀ ਹੈ ਆਪਾਂ ਐਜੂਕੇਸ਼ਨ ਲਈ ਤੁਸੀਂ ਬਾਹਰ ਭੇਜਦੇ ਹੋ ਔਰ ਉੱਥੇ ਉਹ ਪੇਬੈਕ ਦੀ ਗੱਲ ਕਰ ਰਹੇ ਸੋ ਵਾਟ ਇਜ਼ ਥਿਸ ਐਕਚੁਅਲੀ ਚਾਨਣਾ ਪਾਉ ਸਾਨੂੰ ਬੜੇ سارے ਸਟੂਡੈਂਟਸ ਦੀ ਕੁਇਰੀ ਆਈ ਅਸੀਂ ਹੈਰਾਨ ਹੈ ਕਿ ਇਹ ਕਿੱਦਾਂ ਹੈਗਾ ਉੱਥੇ ਦੀ ਯੂਨੀਵਰਸਿਟੀਆਂ ਵੱਲੋਂ ਕੋਈ ਪੇਬੈਕ ਹੈ ਜਾਂ ਕਿੱਦਾਂ ਦੀ ਚੀਜ਼ ਹੈ ਦੇਖੋ ਸੰਦੀਪ ਜੀ ਅਸੀਂ ਪੰਜਾਬ ਦੇ ਅੰਦਰ ਅਸੀਂ ਬਿਜ਼ਨਸ ਕਰ ਰਹੇ ਹਾਂ ਇੱਕ ਪ੍ਰਾਈਵੇਟ ਅਦਾਰਾ ਚਲਾ ਰਹੇ ਹਾਂ ਹਰ ਅਦਾਰੇ ਨੂੰ ਚਲਾਣੇ ਲਈ ਕੁਝ ਕੈਸ਼ ਫਲੋ ਦੀ ਲੋੜ ਹੁੰਦੀ ਹੈ ਅਸੀਂ ਜੋ ਪ੍ਰਾਈਵੇਟ ਵਧੀਆ ਕੰਮ ਕਰਦੇ ਨੇ ਉਹ ਬੱਚਿਆਂ ਤੋਂ ਨੋਮੀਨਲ ਜੀ ਫੀਸ ਲੈਂਦੇ ਨੇ ਬਾਕੀ ਕੁਝ ਪੇਬੈਕ ਸਾਨੂੰ ਯੂਨੀਵਰਸਿਟੀਆਂ ਦੀ ਤਰਫੋਂ ਵੀ ਮਿਲਦਾ ਹੈ ਬਟ ਉਹ ਥੋੜਾਕ ਹੁੰਦਾ ਹੁਣ ਇਦੇ ਵਿੱਚ ਕੁਝ ਲੋਕ ਅਗਰ ਆ ਕੇ ਕਹਿਣ ਕਿ ਬਈ ਤੁਸੀਂ ਬੱਚੇ ਨੂੰ 1000 ਡਾਲਰ ਦੇ ਦਿਓ ਜਾਂ ਅਸੀਂ 10% ਜਾਂ 15% ਜਾਂ 20% ਪਤਾ ਨਹੀਂ ਕਿੰਨੀ ਕਿੰਨੀ ਕਮਿਸ਼ਨ ਵਾਪਸ ਕਰ ਰਹੇ ਆ ਤੇ ਤੁਸੀਂ ਮੇਰੀ ਗੱਲ ਸਮਝੋ ਕਿ ਇਹ ਐਕਚੁਅਲ 'ਚ ਇਹਦੇ ਅੰਦਰ ਬਹੁਤ بڑا ਧੋਖਾ ਹੈ ਕੋਈ ਆਪਣੀ ਜੇਬ ਤੋਂ ਤੁਹਾਨੂੰ ਕੋਈ ਕਿਉਂ ਖਵਾਏਗਾ ਕੋਈ ਬਈ ਜਦ ਮੈਂ ਤੁਹਾਨੂੰ ਦੱਸ ਰਿਹਾ ਇਸ ਲਈ ਇੰਡਸਟਰੀ ਦੀ ਮਾੜੀ ਹਾਲਤ ਹੈ ਹਰ ਬੰਦੇ ਦੀ ਮਾੜੀ ਹਾਲਤ ਹੈ ਤੋ ਆਪਣੀ ਜੇਬ ਤੋਂ ਜਦੋਂ ਉਹ ਆਪਣੇ ਆਪਣੇ ਚੱਕਰ ਪੂਰੇ ਕਰਨ ਨੂੰ ਕਰੇਗਾ ਕਿ ਤੁਹਾਨੂੰ ਕੁਝ ਖਵਾਏਗਾ ਤੇ ਉਹ ਇਦਾਂ ਦਾ ਕੁਝ ਨਹੀਂ ਹੈਗਾ ਉਹ ਤੁਹਾਨੂੰ ਟਰਾਂਸਪੇਰੈਂਸੀ ਨਹੀਂ ਦੇਣਗੇ ਮਗਰ ਤੋਂ ਲੁੱਟ ਲੈਣਗੇ ਜਿੱਦ ਤੂੰ ਤੁਸੀਂ 1000 ਡਾਲਰ 2000 ਡਾਲਰ ਯਾਨੀ ਕਿ ਲੱਖ 2 ਲੱਖ ਬਚਾਣ ਦੇ ਖਾਤਰ ਤੁਸੀਂ 10-20 ਲੱਖ ਰੁਪਏ ਥੱਲੇ ਆਉਗੇ ਇਹ ਉਹ ਉਹੀ ਲੋਕ ਨੇ ਜਿਨ੍ਹਾਂ ਦੇ ਦਰਵਾਜ਼ਿਆਂ ਤੇ ਲੋਕ ਚੜਦੇ ਨਹੀਂ ਸੀਗੇ ਇਹ ਸਾਡੀ ਐਸੋਸੀਏਸ਼ਨ ਦੇ ਮੈਂਬਰ ਨਹੀਂ ਨੇ ਸਾਡੀ ਐਸੋਸੀਏਸ਼ਨ ਦੇ ਮੈਂਬਰ ਉਹੀ ਹੋ ਸਕਦਾ ਜਿਹਦੇ ਕੋਲ ਪੰਜਾਬ ਸਰਕਾਰ ਦਾ ਲਾਇਸੈਂਸ ਹੋਵੇ ਉਹ ਅਸੀਂ ਦੀ ਕ੍ਰੈਡੀਬਿਲਟੀ ਚੈੱਕ ਕਰਦੇ ਜੇ ਸਾਨੂੰ ਲੱਗਦਾ ਕਿ ਬੰਦਾ ਕ੍ਰੈਡੀਬਲ ਨਹੀਂ ਹੈ ਉਹਨੂੰ ਅਸੀਂ ਐਸੋਸੀਏਸ਼ਨ ਤੋਂ ਸ਼ੋਕੋਜ਼ ਨੋਟਿਸ ਇਸ਼ੂ ਕਰਦੇ ਹਾਂ ਉਦੀ ਪੂਰੀ ਸਫਾਈ ਲੈਣੇ ਜਿਸਾਨੂੰ ਲੱਗਦਾ ਉਸ ਤੋਂ ਬਾਅਦ ਇਹ ਕਿ ਨਹੀਂ ਇਹ ਸਫਾਈ ਸਾਨੂੰ ਜੱਚਦੀ ਨਹੀਂ ਅਸੀਂ ਉਹਨੂੰ ਹੱਥ ਜੋੜ ਦਿੰਦੇ ਆ ਤੇ ਇਹ ਜੋ ਵੀ ਕਰ ਰਹੇ ਨੇ ਸਾਡੀ ਐਸੋਸੀਏਸ਼ਨ ਦੇ ਮੈਂਬਰ ਨਹੀਂ ਨੇ ਬਟ ਹਾਂ ਇਹ ਬਹੁਤ بڑا ਘੋਲਮਾਲ ਹੈ ਇਹ ਅੱਜ ਨਹੀਂ ਦਿਖ ਰਿਹਾ ਹੁਣ ਆਉਣੇ ਵਾਲੇ ਮਹੀਨੇ ਦੋ ਮਹੀਨੇ ਤੁਸੀਂ ਦੇਖੋਗੇ ਫਰਾਡ ਦੇ ਕੇਸਸ ਚ 100 200% ਬੜੋਤਰੀ ਹੋਣੀ ਹੈ ਔਰ ਇਹ ਸਰਕਾਰ ਨੂੰ ਇਹਦੇ ਚ ਦੇਖਣਾ ਚਾਹੀਦਾ ਸਰ ਮੈਂ ਤੁਹਾਡੀ ਗੱਲ ਤੋਂ ਹੀ ਮੈਨੂੰ ਫਰਾਡ ਦੇ ਕੇਸਸ ਆ ਤੁਹਾਡੀ ਗੱਲ ਤੋਂ ਹੀ ਆਇਆ ਹੈ ਮੈਨੂੰ ਕੁਐਸਚਨ ਕੀ ਰੀਸੈਂਟਲੀ ਅਸੀਂ ਇੱਕ ਚੀਜ਼ ਦੇਖੀ ਹੈ ਕਿ ਇਹ ਤਾਂ ਚੁੱਸਲੋ ਤੁਸੀਂ ਕਹੇ ਪੇਬੈਕ ਵਾਲਾ ਕੁਝ ਇਹੋ ਜਿਹੇ ਵੀ ਦਿਗਜ ਜਿਹੜੇ ਟਾਪ ਸ਼ਾਰਟਸ ਹੈ ਤੁਹਾਡੇ ਉਹ ਤਾਂ ਐਸੋਸੀਏਸ਼ਨ ਦੇ ਮੈਂਬਰਸ ਹੋਣਗੇ ਆ ਮੈਨੂੰ ਲੱਗਦਾ ਕੋਈ ਵਾਈਸ ਪ੍ਰੈਜ਼ੀਡੈਂਟ ਨਵੀਂ ਨਾ ਹੋਵੇ ਉਹ ਖੁਦ ਲਾਈਵ ਹੋ ਹੋ ਕੇ ਐਦਾਂ ਦੀਆਂ ਚੀਜ਼ਾਂ ਕਹਿ ਰਿਹਾ ਕੀ ਸੀ ਅੱਗੇ ਹੁੰਦਾ ਸੀ ਮੈਨੂੰ ਯਾਦ ਹੈ ਮੈਂ ਇੱਕ ਵਾਰੀ ਅਬ੍ਰੋਡ ਜਾਣ ਲਈ ਖੁਦ ਆਪਣਾ ਅਪਲੀਕੇਸ਼ਨ ਦੇਣ ਗਿਆ ਜੇ ਉੱਥੇ ਉਹਨਾਂ ਨੇ ਮੇਰੇ ਤੋਂ ਬੈਂਕ ਸਟੇਟਮੈਂਟ ਮੰਗੀ ਇਹ ਕਿ ਆ ਇੰਨੇ ਬੈਂਕ ਚ ਅਕਾਊਂਟ ਪੈਸੇ ਹੋਣੇ ਚਾਹੀਦੇ ਪੈਸੇ ਪਹਿਲਾਂ ਚਾਹੀਦੇ ਅੱਜ ਕੱਲ ਇੱਕ ਨਵੀਂ ਆਫਰ ਇਹ ਚੱਲ ਰਹੀ ਹੈ ਨਹੀਂ ਜੀ ਪੈਸੇ ਵੀ ਬਾਅਦ ਚੋ ਪਹਿਲਾਂ ਵੀਜ਼ਾ ਲੱਗੇਗਾ ਔਰ ਫੇਸਬੁਕ ਤੇ ਲਾਈਵ ਹੋ ਕੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਚੀਖ ਚੀਖ ਕੇ ਕੀਤਾ ਜਾ ਰਿਹਾ ਸੋ ਮਤਲਬ ਇੰਨੀ ਕਿ ਕਨਫਿਊਜ਼ਨ ਹੋ ਗਈ ਹੈ ਕਿ ਮੈਂ ਤੁਹਾਨੂੰ ਸੱਚੀ ਦੱਸਾਂ ਕਿ ٹرسٹ ਲੋਕਾਂ ਦਾ ਛੇਕ ਹੁੰਦਾ ਜਾ ਰਿਹਾ ਸਟੂਡੈਂਟਸ ਨੂੰ ਸਮਝ ਨਹੀਂ ਲੱਗ ਰਿਹਾ ਕਿ ਅਸੀਂ ਕਿਹਦੇ ਤੇ ਕਰੀਏ ਔਰ ਅਸੀਂ ਵੀ ਤਾਂ ਹੀ ਤੁਹਾਡੇ ਤੱਕ ਪਹੁੰਚੇ ਅੱਜ ਜੀ ਲੈ ਕੋ ਸੰਦੀਪ ਜੀ ਦੇ ਚ ਦੋ ਤਿੰਨ ਗੱਲਾਂ ਨੇ ਇੱਕ ਸਭ ਤੋਂ ਬੜੀ ਗੱਲ ਹੈ ਜੋ ਬੰਦਾ ਤੁਹਾਨੂੰ ਕਹਿ ਰਿਹਾ ਕਿ ਮੈਂ ਫੀਸ ਆਫਟਰ ਵੀਜ਼ਾ ਲਵਾਂਗਾ ਜੀ ਇਹਦਾ ਮਤਲਬ ਉਹਦੇ ਵਿੱਚ ਕੁਛ ਨਾ ਕੁਛ ਕਮੀ ਹੋਣੀ ਹੈ ਜੀ ਪਹਿਲੀ ਕਮੀ ਮੈਂ ਤੁਹਾਨੂੰ ਦੱਸ ਸਕਦਾ ਕਿ ਕੀ ਹੋ ਸਕਦੀ ਹੈ ਪਹਿਲੀ ਕਮੀ ਇਹ ਹੋ ਸਕਦੀ ਹੈ ਕਿ ਬੰਦਾ ਤੁਹਾਨੂੰ ਪੂਰੀ ਕਾਉਂਸਲਿੰਗ ਨਹੀਂ ਦੇਗਾ ਕਦੇ ਵੀ ਉਹ ਤੁਹਾਨੂੰ ਨਹੀਂ ਦੱਸੇਗਾ ਕਿਹੜੇ ਕਾਲਜ ਯੂਨੀਵਰਸਿਟੀ ਤੁਸੀਂ ਜਾਣਾ ਚਾਹੁੰਦੇ ਹੋ ਦੂਜੀ ਚੀਜ਼ ਕਿੱਥੇ ਆ ਸਕਦੀ ਹੈ ਕਿ ਉਹ ਜੇ ਤੁਸੀਂ 5-6 ਲੱਖ ਰੁਪਏ ਦੇ ਰਹੇ ਹੋ ਤੇ ਤੁਹਾਡੇ ਤਾਂ 10-15 ਲੱਖ ਰੁਪਏ ਰਹੇਗਾ ਇਸ ਤੋਂ ਘੱਟ ਤੁਹਾਨੂੰ ਛੱਡੇਗਾ ਨਹੀਂ ਤੁਸੀਂ ਆਪਣੇ ਕਿਸੇ ਰਿਲੇਸ਼ਨ ਚ ਜਾਓ ਉਹ ਤੇ ਤੁਸੀਂ ਪੈਸਾ ਲਓ ਤੇ ਤੁਹਾਨੂੰ ਉਹਦੇ ਤੇ ਇੰਟਰਸਟ ਦੇਣਾ ਪੈਂਦਾ ਤੁਹਾਨੂੰ 36 ਹਜ਼ਾਰ ਚੀਜ਼ਾਂ ਹੁੰਦੀਆਂ ਕੋਈ ਤੁਹਾਨੂੰ ਪੈਸਾ ਲੈ ਕੇ ਰਾਜ਼ੀ ਨਹੀਂ ਕੋਈ ਤੁਹਾਡੇ ਤੇ 10-15 ਲੱਖ ਰੁਪਏ ਕਿਉਂ ਲਗਾਏ ਦੂਜੀ ਗੱਲ ਜੇਕਰ ਤੁਸੀਂ ਐਮਬੈਸੀ ਦੀ ਸਾਈਟ ਤੇ ਜਾ ਕੇ ਚੈੱਕ ਕਰੋ ਉੱਥੇ ਕਲੀਅਰਲੀ ਲਿਖਿਆ ਕਿ ਤੁਹਾਨੂੰ ਜੈਨੂਇਨ ਟੈਂਪੋਰਰੀ ਐਂਟ੍ਰੈਂਟ ਹੋਣਾ ਚਾਹੀਦਾ ਹੈ ਤੁਹਾਡੇ ਤੋਂ ਆਈਟੀਆਰ ਮੰਗੀ ਜਾਂਦੀ ਹੈ ਉਹ ਦੇਖਣਾ ਚਾਹੁੰਦੇ ਨੇ ਕਿ ਤੁਹਾਡੇ ਕੋਲ ਪੈਸਾ ਹੈ ਅਗਰ ਪੈਸਾ ਹੈ ਤੁਸੀਂ ਕਿਦਾਂ ਸ਼ੋਅ ਕਰੋਗੇ ਤੁਸੀਂ ਆਪਣੀ ਫੀਸ ਜਮ੍ਹਾਂ ਕਰ ਰਹੇ ਹੋ ਤੁਸੀਂ ਆਪਣੇ ਬੈਂਕ ਅਕਾਊਂਟ ਸ਼ੋਅ ਕਰ ਰਹੇ ਹੋ ਇਹ ਸਭ ਚੀਜ਼ਾਂ ਨਾਲ ਤੁਸੀਂ ਪ੍ਰੂਫ ਕਰੋਗੇ ਔਰ ਤੁਸੀਂ ਇਹ ਹੀ ਨਹੀਂ ਕਰ پا ਰਹੇ ਪ੍ਰੂਫ ਹੀ ਨਹੀਂ ਕਰ پا ਰਹੇ ਇਹਦਾ ਮਤਲਬ ਕਿਥੇ ਬਹੁਤ ਬੜਾ ਕੋਨ ਮਾਲਾ ਹੈ ਤੇ ਇੱਕ ਚੀਜ਼ ਹੋਰ ਦੱਸ ਰਾ ਲੋਕਾਂ ਨੂੰ ਨਾ ਹਿਊਜਲੀ ਲੱਗਦਾ ਸੀ ਕਿ ਸਿਰਫ ਆਸਟ੍ਰੇਲੀਆ ਨੂੰ ਹੀ ਫੰਡ ਰਿਕੁਆਇਰਮੈਂਟ ਚੇਂਜ ਦੀ ਹੁੰਦੀ ਹੈ ਫੰਡ ਸ਼ੋ ਫੰਡ ਚੈੱਕ ਕਰਦੀ ਹੈ ਫਿਲਹਾਲ ਕੈਨੇਡਾ ਦਾ ਵੀ ਰਿਫਿਊਜ਼ ਲੈ ਆਏ ਨੇ ਜੀ ਬਹੁਤ ਸਾਰੇ ਜਿੱਥੇ ਬੱਚਿਆਂ ਨੂੰ ਔਨ ਫੰਡਸ ਰਿਫਿਊਜ਼ ਕੀਤਾ ਗਿਆ ਕਿਉਂਕਿ ਏਜੰਟਸ ਨਵੇਂ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੇ ਗਲਤ ਫਾਈਲ ਲਗਾਤੀਆਂ ਫੀਸ ਆਫਟਰ ਵੀਜ਼ਾ ਚੱਕਰ ਚ ਪੈ ਗਏ ਔਰ ਪਰੇਸ਼ਾਨੀ ਹੈ ਔਰ ਇੱਕ ਚੀਜ਼ ਮੈਂ ਤੁਹਾਨੂੰ ਕਲੀਅਰਫਾਈ ਕਰ ਦਾਂ ਕਿ ਸਾਡੀ ਐਸੋਸੀਏਸ਼ਨ ਦਾ ਕੋਈ ਵੀ ਸੀਟ ਹੋਲਡਰ ਜਾਂ ਕੋਈ ਵੀ ਮੈਂਬਰ ਇਹ ਸਭ ਚੀਜ਼ਾਂ ਨੂੰ ਪ੍ਰੈਕਟਿਸ ਨੂੰ ਪ੍ਰਮੋਟ ਨਹੀਂ ਕਰਦਾ ਅਸੀਂ ਪਹਿਲੇ ਹੀ ਲਿਖਵਾ ਲੰਨੇ ਆ ਕਿ ਜਿਹਦੇ ਨਾਲ ਇੱਕ ਜਨਤਾ ਦਾ ਬੁਰਾ ਹੋ ਰਿਹਾ ਹੋ ਕਰਨਾ ਨਹੀਂ ਕਿਉਂਕਿ ਅਸੀਂ ਇੱਕ ਸਮਾਜ ਅਸੀਂ ਆਪਣੇ ਪ੍ਰਾਈਵੇਟ ਅਧਾਰੇ ਚਲਾ ਰਹੇ ਹਰ ਕੋਈ ਅਲੱਗ-ਅਲੱਗ ਬਟ ਅਸੀਂ ਇੱਕ ਸਮਾਜਿਕ ਸੇਵਾ ਕਰਨ ਨੂੰ ਐਸੋਸੀਏਸ਼ਨ ਬਣਾਈ ਹੈ ਜਿੰਨੇ ਅਸੀਂ ਚਾਹੁੰਦੇ ਹਾਂ ਕਿ ਕਿਸੇ ਵੀ ਬੱਚੇ ਨਾਲ ਠੱਗੀ ਨਾ ਵਜੇ ਸਾਰੀ ਇੰਡਸਟਰੀ ਦਾ ਨਾਮ ਬਣਿਆ ਰਹੇ ਕੋਈ ਇਹਦੇ ਕੋਈ ਖਿਲਾਫ ਨਾ ਜਾਏ ਕੋਈ ਬੁਰਾ ਨਾ ਹੋਵੇ ਇਸ ਲਈ ਅਸੀਂ ਕਿਸੇ ਬੱਚੇ ਨੂੰ ਜਿਹਨੂੰ ਕੋਈ ਪ੍ਰੋਬਲਮ ਹੈ ਜਿਹਨੂੰ ਲੱਗਦਾ ਹੈ ਕਿ ਯਾਰ ਮੇਰਾ ਕਿਸੇ ਤੋਂ ਮੇਰੇ ਕਿਸੇ ਜਗ੍ਹਾ ਮੇਰੇ ਠੱਗੀ ਲੱਗੀ ਮੈਂ ਫਸ ਗਿਆ ਇਹ ਉਹਨੂੰ ਸਮਝ ਨਹੀਂ ਆ ਰਿਹਾ ਪਲੀਜ਼ ਸਾਡੇ ਕੋਲ ਆ ਸਕਦਾ ਪੁੱਛ ਸਕਦਾ ਅਸੀਂ ਉਹਨੂੰ ਸਹੀ ਰਾਹ ਸਮਝਾਵਾਂਗੇ ਕਈ ਵਾਰ ਇਹ ਵੀ ਹੁੰਦਾ ਹੈ ਕਿ ਤੁਹਾਡਾ ਏਜੰਟ ਤੁਹਾਡਾ ਕੰਸਲਟੈਂਟ ਠੀਕ ਚੱਲ ਰਿਹਾ ਹੁੰਦਾ ਬਟ ਸਾਨੂੰ ਲੱਗਦਾ ਕਿ ਨਹੀਂ ਨਹੀਂ ਇਹ ਇਹ ਪੈਸਾ ਤਾਂ ਨਹੀਂ ਮਰ ਰਿਹਾ ਕੁਝ ਇਹ ਤੇ ਨਹੀਂ ਹੋ ਰਿਹਾ ਮੈਂ ਖਰਾਬ ਤੇ ਨਹੀਂ ਹੋ ਰਿਹਾ ਬਸ ਤੁਸੀਂ ਦੋ ਚੀਜ਼ਾਂ ਨੋਟ ਕਰੋ ਇਹ ਸਭ ਚੀਜ਼ਾਂ ਤੋਂ ਪਹਿਲੇ ਕੀ ਉਹ ਪੰਜਾਬ ਗਵਰਨਮੈਂਟ ਤੋਂ ਰਜਿਸਟਰਡ ਏਜੰਟ ਹੈ ਕਿੰਨਾ ਪੁਰਾਣਾ ਹੈ ਕਿੰਨੇ ਵੀਜ਼ੇ ਲਗਾਏ ਨੇ ਉਹਦੀ ਸਾਰੀ ਗੱਲਾਂ ਜੋ ਉਹ ਕਹਿ ਰਿਹਾ ਹੈ ਉਹਨੂੰ ਜੀ ਲਿਖ ਕੇ ਦੇ ਦਿਓ ਮੈਨੂੰ ਕਿ ਜੋ ਤੁਸੀਂ ਕਹਿ ਰਹੇ ਹੋ ਇੱਕ ਉਸ ਤੋਂ ਬਾਅਦ ਤੁਸੀਂ ਫਾਇਲ ਲਗਾਓ ਤੁਹਾਨੂੰ ਕਦੇ ਵੀ ਠੱਗੀ ਨਹੀਂ ਹੋਏਗੀ ਔਰ ਇੰਡਸਟਰੀ ਬਹੁਤ ਵਧੀਆ ਹੈ ਤੇ ਕਦੇ ਠੱਗੀ ਹੋਣ ਵਾਲੀ ਹੈ ਨਹੀਂ ਸਰ ਇੰਡਸਟਰੀ ਦੀ ਔਰ ਠੱਗੀ ਦੀਆਂ ਗੱਲਾਂ ਤੋਂ ਯਾਦ ਆਇਆ ਕਿ ਹੁਣੇ ਰੀਸੈਂਟਲੀ ਪੰਜਾਬ ਸਰਕਾਰ ਨੇ ਵੀ ਇੱਕ ਕੁਝ ਅਨਾਉਂਸਮੈਂਟ ਕੀਤੀ ਹੈ ਕਿ ਅਸੀਂ ਵੀ ਹੁਣ ਜਿਹੜਾ ਹੈਗਾ ਵੀਜ਼ਾ ਲਗਾਉਣ ਜਾ ਰਹੇ ਹਾਂ ਡਾਇਰੈਕਟ ਵੀਜ਼ਾ ਲਗਾਉਣ ਜਾ ਰਹੇ ਹਾਂ ਹੁਣ ਇਹਦੇ ਨਾਲ ਕੀ ਹੋਏਗਾ ਕਿ ਪੰਜਾਬ ਸਰਕਾਰ ਵਰਸਸ ਪ੍ਰਾਈਵੇਟ ਪਲੇਅਰਸ ਕੰਪੀਟੀਸ਼ਨ ਹੋਏਗਾ ਆਪਸ ਵਿੱਚ ਜਾਂ ਇਹ ਸਰਕਾਰ ਨੂੰ ਕੀ ਲੋਡ ਪੈਗੀ ਫਿਰ ਤਾਂ ਤੁਹਾਨੂੰ ਤੁਹਾਡੇ ਤੇ ਕੋਈ ਟਰਸਟ ਹੀ ਨਹੀਂ ਕਰੇਗਾ ਫਿਰ ਤਾਂ ਬੰਦਾ ਕਹੇਗਾ ਠੀਕ ਹੈ ਇੱਕ ਸਰਕਾਰੀ ਕੰਮ ਖੁੱਲ ਗਿਆ ਉਹ ਤੁਹਾਡੇ ਕੋਲ ਕਿਉਂ ਆਏਗਾ ਇਹ ਇਹ ਸਭ ਤੇ ਕੋਈ ਚਾਨਣਾ ਪਾਓ ਦੋ ਤਿੰਨ ਚੀਜ਼ਾਂ ਨੇ ਵਿੱਚ ਹੀ ਮੈਨੂੰ ਨਹੀਂ ਪਤਾ ਸਰਕਾਰ ਦੀ ਕੀ ਮਜਬੂਰੀ ਹੈ ਸਰਕਾਰ ਨੂੰ ਕਿਉਂ ਕਰਨਾ ਪੈ ਰਿਹਾ ਸਰਕਾਰ ਦੱਸੇਗੀ ਦੂਜੀ ਗੱਲ ਹੈ ਸਰਕਾਰੀ ਸਕੂਲ ਨੇ ਵੀ ਪ੍ਰਾਈਵੇਟ ਸਕੂਲ ਵੀ ਹੈਗੇ ਸਾਨੂੰ ਪਤਾ ਕਿੱਥੇ ਬੱਚਾ ਜਾਦਾ ਜਾਂਦਾ ਜੀ ਤੀਜੀ ਗੱਲ ਹੈ ਕਿ ਅਗਰ ਸਰਕਾਰ ਇਹ ਖੋਲਦੀ ਹੈ ਸਰਕਾਰ ਨੇ ਵੀਜ਼ਾ ਕੁਝ ਵੀਜ਼ਾ ਆਣਾ ਜਾਂ ਨਹੀਂ ਆਣਾ ਕਿਸੇ ਏਜੰਟ ਦੇ ਹੱਥ ਦੀ ਗੱਲ ਨਹੀਂ ਹੈ ਚਾਹੇ ਸਰਕਾਰ ਵੀ ਕਰੇ ਉਹਦੇ ਵੀ ਹੱਥ ਦੀ ਗੱਲ ਤੇ ਹੋਏਗੀ ਨਹੀਂ ਨਹੀਂ ਸਰਕਾਰ ਦੇ ਉੱਤੇ ਥੰਟੀਸਿਟੀ ਹੋਗੀ ਸਰਕਾਰ ਅਪਲਾਈ ਕਰੂਗੀ ਸਰਕਾਰ ਵਰਸਸ ਸਰਕਾਰ ਹੁੰਦੀ ਹੈ ਸੋ ਉਹ ਆਪਣੀ ਗਾਰੰਟੀ ਦੇ ਸਕਦੀ ਹੈ ਕੁਝ ਕਿ ਮੈਂ ਬੈਠੀ ਹਾਂ ਸਰਕਾਰ ਮਤਲਬ ਇੱਕ ਪ੍ਰਾਈਵੇਟ ਨਾਲੋਂ ਸਰਕਾਰੀ ਕੋਈ ਵੀ ਚੀਜ਼ ਹੋਵੇ ਉਸ ਤੇ ਥੋੜਾ ਜਿਹਾ ਅ ਅਸ਼ੂਰੈਂਸ ਹੁੰਦੀ ਹੈ ਹੁਣ ਆਪਾਂ ਗੱਲ ਕਰੀਏ HDFC ਬੈਂਕ ਵਰਸਸ SBI ਬੈਂਕ SBI ਨੂੰ ਸਿਰਫ ਇੱਕ ਐਡਵਾਂਟੇਜ ਮਿਲਦਾ ਕਿ ਉਹਦੇ ਉੱਤੇ ਸਹਿਤ ਸਰਕਾਰੀ ਦੀ ਮੋਹਰ ਲੱਗੀ ਹੋਈ ਹੈ ਜਾ ਹਾਲਾਂਕਿ ਸਰਵਿਸੇ ਸਾਨੂੰ ਵੀ ਪਤਾ ਹੈ ਐਚਡੀਐਫਸੀ ਚ ਜ਼ਿਆਦਾ ਪ੍ਰੈਕਟੀਕਲ ਪ੍ਰਾਈਵੇਟਾਈਜ਼ ਹੋਰ ਫ੍ਰੈਂਡਲੀ ਮਿਲ ਜਾਣਗੇ ਐਸਬੀਆਈ ਵਾਲਾ ਬੰਦਾ ਸ਼ਾਇਦ ਉਨੀ ਨਹੀਂ ਲਾਏਗਾ ਪੇਨ ਨਹੀਂ ਲਾਏਗਾ ਪਰ ਸਟਿਲ ਕ੍ਰੈਡੀਬਿਲਟੀ ਜੀ ਆਪਾਂ ਗੱਲ ਕਰੀਏ ਸਰਕਾਰੀ ਦੇ ਥੋੜਾ ਜਿਹਾ ਠੱਪਾ ਇੱਕ ਸਰਕਾਰੀ ਠੱਪਾ ਦਾ ਵੈਲਿਊ ਤਾਂ ਹੈ ਹੀ ਹੈ ਸਰਕਾਰ ਚ ਜੋ ਮਰਜ਼ੀ ਕਰ ਲੈ ਵੀਜ਼ਾ ਅਫਸਰ ਨੇ ਜੋ ਵੀਜ਼ਾ ਦੇਣਾ ਹੈ ਉਹ ਵੀਜ਼ਾ ਰੂਲਸ ਦੇ ਅਕੋਰਡਿੰਗਲੀ ਦੇਣਾ ਉਹਨੇ ਸਰਕਾਰ ਨੂੰ ਦੇਖ ਕੇ ਨਹੀਂ ਦੇਣਾ ਜੀ ਦੂਜੀ ਗੱਲ ਹੈ ਸਰਕਾਰ ਨੇ ਖੁਦ ਥੋੜਾ ਨਾ ਕੰਮ ਕਰਨਾ ਸਰਕਾਰ ਨੂੰ ਥੀ ਬੰਦੇ ਲਗਾਣੇ ਨੇ ਹੂੰ ਤੇ ਜੇ ਵੀਜ਼ਾ ਰਿਫਿਊਜ਼ ਹੁੰਦਾ ਹੈ ਤੇ ਉੱਥੇ ਕੀ ਹੋਏਗਾ ਕਿ ਬੱਚਾ ਕਿਹਦੇ ਕੋਲ ਜਾਏਗਾ ਡੀਸੀ ਸਾਹਿਬ ਕੋਲ ਜਾਏਗਾ ਐਸਐਸਪੀ ਸਾਹਿਬ ਕੋਲ ਜਾਏਗਾ ਸੀਪੀ ਸਾਹਿਬ ਕੋਲ ਕਿ ਤੁਹਾਡੇ ਡਿਪਾਰਟਮੈਂਟ ਨੇ ਮੇਰਾ ਵੀਜ਼ਾ ਰਿਫਿਊਜ਼ ਕਰਾਤਾ ਹੈ ਤੇ ਇਹ ਇੱਕ ਅਲੱਗ ਹੀ ਸਿਚੁਏਸ਼ਨ ਹੈ ਜਿਹਦਾ ਤੇ ਕੋਈ ਮੈਨੂੰ ਮੈਨੂੰ ਨਹੀਂ ਲੱਗਦਾ ਕਿ ਇਹ ਪ੍ਰੈਕਟੀਕਲ ਵੀ ਹੈਗੀ ਹੈ ਇੱਕ ਚੀਜ਼ ਇਹਦੇ ਵਿੱਚ ਹੋਰ ਵੀ ਹੈ ਕਿ ਅਗਰ ਅਸੀਂ ਕਹਿੰਨੇ ਕਿ ਜੀ ਬੱਚਾ ਜਾ ਕੇ ਸਰਕਾਰ ਤੋਂ ਵੀਜ਼ਾ ਲਗਵਾ ਰਿਹਾ ਹੈ ਜਾਂ ਕਿਤੋਂ ਵੀ ਲਗਵਾ ਰਿਹਾ ਹੈ ਮਤਲਬ ਮੈਨੂੰ ਨਹੀਂ ਲੱਗ ਰਿਹਾ ਕਿ ਇਹ ਬਿਲਕੁਲ ਵੀ ਪ੍ਰੈਕਟੀਕਲ ਹੈ ਪਰ ਪ੍ਰੈਕਟੀਕਲ ਜੇ ਹੋਣਾ ਆਪਾਂ ਤੁਹਾਡੀ ਗੱਲ ਹੀ ਕਰੀਏ ਤੇ ਤੁਸੀਂ ਵੀ ਤਾਂ ਹ ਹੂੰ ਸਰਟੀਫਾਈਡ ਹੈਗਾ ਸਰ ਇੱਕ ਪਾਸੇ ਸਰਕਾਰ ਤੋਂ ਸਰਟੀਫਾਈ ਇੱਕ ਪਾਸੇ ਸਰਕਾਰ ਖੁਦ ਸੋ ਮਤਲਬ ਕਨਫਿਊਜ਼ਨ ਬੜੀ ਹੈ ਮਤਲਬ ਮੈਨੂੰ ਇਹ ਲੱਗ ਰਿਹਾ ਕਨਫਿਊਜ਼ਨ ਜ਼ਿਆਦਾ ਕ੍ਰੀਏਟ ਹੋ ਜਾਏਗੀ ਕਿ ਇਹ ਬੰਦਾ ਕਹੇਗਾ ਕਿ ਮੈਂ ਫਿਰ ਸਰਕਾਰ ਕੋਲ ਖੁਦੀ ਜਾਵਾਂ ਮੈਂ ਇਹਦੇ ਤੋਂ ਸਪੋਰਟ ਕਰੋ ਤੁਸੀਂ ਪ੍ਰੈਜ਼ੀਡੈਂਟ ਹੋ ਨੈਸ਼ਨਲ ਦੇ ਤੁਸੀਂ ਵੀ ਤਾਂ ਸਰਕਾਰ ਤੋਂ ਇਹੀ ਕਿਹਾ ਨਾ ਉਹਨੇ ਮੀਟਿੰਗ 'ਚ ਕਿ ਸਰਕਾਰ ਤੋਂ ਸੈਟੀਸਫਾਈ ਸਰਕਾਰ ਦੇਖੋ ਸਰਕਾਰ ਤੋਂ ਮੰਨਤਾ ਪ੍ਰਾਪਤ ਹੋਣਾ ਇੱਕ ਅਲੱਗ ਗੱਲ ਹੈ ਔਰ ਸਰਕਾਰ ਹੋਣਾ ਲੱਗਣਾ ਹੈ ਮੈਂ ਖੁਦ ਮੈਨੂੰ 22 ਸਾਲ ਦਾ ਤਜਰਬਾ ਹੋ ਗਿਆ ਇਸੇ ਕੰਮ ਦੇ ਅੰਦਰ ਮੈਂ ਯੂਨੀਵਰਸਿਟੀ ਚ ਜੌਬ ਕਰੀ ਹੋਈ ਹੈ ਮੈਂ ਕੁਆਲੀਫਾਈਡ ਹਾਂ ਮੈਂ ਪੇਪਰ ਦਿੱਤੇ ਨੇ ਕੈਨੇਡਾ ਕੋਰਸ ਗ੍ਰੈਜੂਏਟ ਹਾਂ ਮੈਂ ایਏਟੀਸੀ ਯਾਨੀ ਕਿ ਆਸਟ੍ਰੇਲੀਅਨ ਕਾਉਂਸਲਿੰਗ ਦਾ ਕੋਰਸ ਕਰਿਆ ਹੈ ਮੈਂ ਯੂਐਸ ਕਾਉਂਸਲਿੰਗ ਦਾ ਕੋਰਸ ਕਰਿਆ ਮੈਂ ਯੂਕੇ ਕਾਉਂਸਲਿੰਗ ਦਾ ਕੋਰਸ ਕਰਿਆ ਔਰ ਸਾਡੇ ਸਾਰੇ ਸਟਾਫ ਨੇ ਕਰਿਆ ਹੋਇਆ ਹੈ ਸਾਡੇ ਸਟਾਫ ਚ ਕੁਝ ਇਦਾਂ ਦੇ ਵੀ ਬੰਦੇ ਨੇ ਜਿਹੜੇ ਬਾਹਰੋਂ ਪੜ ਕੇ ਆਏ ਨੇ ਕੀ ਅਸ ਪੰਜਾਬ ਸਰਕਾਰ ਉਹਨਾਂ ਨੂੰ ਹਾਇਰ ਕਰੇਗੀ ਕਿ ਪੰਜਾਬ ਸਰਕਾਰ ਇਦਾਂ ਦੇ ਬੰਦੇ ਲੈ ਕੇ ਆਏਗੀ ਨਹੀਂ ਲੈ ਪਾਏਗੀ ਤੇ ਮਤਲਬ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਪੰਜਾਬ ਸਰਕਾਰ ਦੀ ਕਾਇਰ ਸ਼ਮਤਾ ਤੇ ਕੋਈ ਕੁਐਸਚਨ ਨਹੀਂ ਚੱਕਣਾ ਚਾਹੁੰਦਾ ਉਹ ਵਧੀਆ ਕਰ ਰਹੇ ਹੋਣਗੇ ਉਹ ਵਧੀਆ ਸੋਚ ਨਾਲ ਕਰ ਰਹੇ ਹੋਣਗੇ ਬਟ ਮੇਰਾ ਕੁਐਸਚਨ ਇੱਕੋ ਹੀ ਹੈ ਕਿ ਇਹ ਕਨਫਿਊਜ਼ਨ ਹੀ ਵਧਾਏਗਾ ਇਹ ਸਾਰਾ ਜੋ ਸਭ ਉਹ ਕਰਨਾ ਚਾਹੁੰਦੇ ਨੇ ਤੇ ਉਹ ਹਰ ਬੰਦੇ ਨੂੰ ਆਪਣੇ ਕੰਮ ਤੱਕ ਸੀਮਿਤ ਰਹਿਣਾ ਚਾਹੀਦਾ ਬਾਕੀ ਸਰਕਾਰ ਦੀ ਮਰਜ਼ੀ ਹੈ ਅਸੀਂ ਤੇ ਕੀ ਕਹਿ ਸਕਦੇ ਹਾਂ ਸਰਕਾਰ ਨੂੰ ਤੇ ਇੱਕ ਸਾਰ ਆਖਰੀ ਕੁਐਸਚਨ ਹੈ ਇਸ ਸਾਲ ਸਾਲ ਦੇ ਸ਼ੁਰੂਆਤ ਹੁੰਦੀ ਪਹਿਲੇ ਤਰੀਕ ਨੂੰ ਹੀ ਲਗਭਗ ਰਿਕਾਰਡ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਕਹਿੰਦੇ ਕਲੂਲ ਚੱਲ ਰਹੀ ਸੀ ਐਦਾਂ ਦੀ ਚਰਚਾਵਾਂ ਸੀ ਕਿ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਚੱਲ ਗਿਆ ਅਕਸਰ ਵਰਲਡ ਰਿਕਾਰਡ ਅੱਛੀ ਚੀਜ਼ਾਂ ਲਈ ਬੰਦੇ ਹੈ ਇਸ ਜਿਹੜੀ ਪਹਿਲੀ ਵਾਰੀ ਹੋਇਆ ਸੀ ਕਿ ਸ਼ਾਇਦ 110 115 ਐਫ ਆਈ ਆਰ ਹੋਈਆਂ ਸੀ ਔਰ ਸਾਰੀ ਦੀ ਸਾਰੀ ਅਗੇਂਸਟ ਦਾ ਕੰਸਲਟੈਂਟਸ ਠੀਕ ਹੈ ਇੰਨੇ ਵੱਡੇ ਲੈਵਲ ਤੇ ਪਹਿਲੀ ਵਾਰੀ ਅਸੀਂ ਵੀ ਸੁਣਿਆ ਸੰਸਨੀ ਕੇਸ ਖੁਲਾਸਾ ਟਾਈਪ ਬੜਾ ਵੱਡਾ ਬਲਾਸਟ ਰਾਇ ਸੀ ਸੋ ਉਸ ਬਾਰੇ ਤੁਸੀਂ ਕੀ ਚਾਹਨਾ ਪਾਨਾ ਚਾਹੋਗੇ ਕਿਉਂਕਿ ਤੁਸੀਂ ਨੈਸ਼ਨਲ ਪ੍ਰੈਜ਼ੀਡੈਂਟ ਵੀ ਹੋ ਕਿ ਇਹ ਸਭ ਕਿੱਦਾਂ ਮੈਂ ਬਹੁਤ ਹਾਰਦਿਕ ਸ਼ੁਭਕਾਮਨਾਵਾਂ ਤੇ थैंकफुल ਹਾਂ ਆਪਣੇ ਸੀਪੀ ਸਾਹਿਬ ਦਾ ਮਾਨਯੋਗ ਸੀਪੀ ਸਾਹਿਬ ਦਾ ਜਿਨ੍ਹਾਂ ਨੇ ਵਧੀਆ ਕਦਮ ਲਿਆ ਉਹਦੇ ਵਿੱਚ ਬਹੁਤ ਸਾਰੇ ਬੰਦੇ ਏ ਸੀਗੇ ਜਿਹੜੇ 99% ਬੰਦੇ ਸੀਗੇ ਜਿਨ੍ਹਾਂ ਦੇ ਕੋਲ ਲਾਇਸੈਂਸ ਹੀ ਨਹੀਂ ਸੀਗਾ ਓਕੇ ਤੇ ਲੇਕਿਨ ਇਹ ਬਹੁਤ ਮਾੜੀ ਚੀਜ਼ ਹੈ ਬੱਚਾ ਜਾ ਕੇ ਨੌਲੇਜ ਕੱਟ ਹੋਣ ਦੇ ਕਾਰਨ ਉਹ ਇਗਨੋਰੈਂਸ ਦੇ ਕਾਰਨ ਫਸ ਜਾਂਦੇ ਠੱਗਾਂ ਦੇ ਕੋਲ ਤੇ ਅਗਰ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ ਤੇ ਤੁਸੀਂ ਇੱਕੋ ਚੀਜ਼ ਧਿਆਨ ਰੱਖੋ ਬੱਚਿਓ ਕਿ ਤੁਸੀਂ ਸਿਰਫ ਔਰ ਸਿਰਫ ਪੰਜਾਬ ਸਰਕਾਰ ਦਾ ਮਾਨਤਾ ਪ੍ਰਾਪਤ ਦਾ ਲਾਇਸੈਂਸ ਦੇਖਣਾ ਹੈ ਦੂਜੀ ਤੁਸੀਂ ਕੋਸ਼ਿਸ਼ ਕਰੋ ਕਿ ਕਿਸੇ ادارے ਨਾਲ ਐਸੋਸੀਏਸ਼ਨ ਨਾਲ ਜੁੜਿਆ ਜਿੱਦਾਂ ਸਟੱਡੀ ਅਬ੍ਰੋਡ ਕੰਸਲਟੈਂਟ ਐਸੋਸੀਏਸ਼ਨ ਹੈ ਸਾਡੀ ਉਹਦੇ ਨਾਲ ਜੁੜਿਆ ਹੋਇਆ ਅਸੀਂ ਇਹ ਗਾਰੰਟੀ ਲੈਂਦੇ ਹਾਂ ਕਿ ਜੋ ਸਾਡੀ ਐਸੋਸੀਏਸ਼ਨ ਦਾ ਬੰਦਾ ਹੈ ਅਗਰ ਉਹ ਕੋਈ ਗਲਤ ਕਰਦਾ ਹੋਇਆ ਪਕੜਿਆ ਗਿਆ ਅਸੀਂ ਤੁਹਾਨੂੰ ਉਹਦਾ ਰਿਮਿਟੈਂਸ ਕਰਾਵਾਂਗੇ ਅਸੀਂ ਤੁਹਾਡੀ ਜੋ ਕੰਮ ਖਰਾਬ ਹੈ ਅਸੀਂ ਤੁਹਾਨੂੰ ਵਾਪਸ ਕਰਾਵਾਂਗੇ ਤੇ ਕੋਈ ਵੀ ਬੱਚਾ ਮੈਂ ਕਹਿੰਦਾ ਕੋਈ ਸਾਡੀ ਐਸੋਸੀਏਸ਼ਨ ਦਾ ਮੈਂਬਰ ਹੋਏ ਕਿ ਨਹੀਂ ਕਿਸੇ ਵੀ ਫਸਿਆ ਹੋਏ ਆ ਕੇ ਪੁੱਛੇ ਸਟੱਡੀ ਅਬ੍ਰੋਡ ਕੰਸਲਟੈਂਟ ਕੰਸਲਟੈਂਟ ਐਸੋਸੀਏਸ਼ਨ ਵਿਲ ਸਟੈਂਡ ਵਿਦ ਈਚ ਐਂਡ ਇਵਰੀ ਸਟੂਡੈਂਟ ਜਿਹੜਾ ਕਿ ਪਰੇਸ਼ਾਨ ਹੈ ਜਿਹੜਾ ਕਿ ਕਹਿ ਰਿਹਾ ਕਿ ਵੀ ਮੇਰਾ ਮੈਨੂੰ ਵੀਜ਼ੇ ਦੇ ਸਟੱਡੀ ਵੀਜ਼ੇ ਦੇ ਨਾਮ ਨਾਲ ਠੱਗੀ ਖੜੀ ਹੈ ਠੱਗੀ ਹੋਈ ਹੈ ਅਸੀਂ ਦੇਖਾਂਗੇ ਕਿਉਂਕਿ ਅਸੀਂ ਇਸ ਇੰਡਸਟਰੀ ਨੂੰ ਬਚਾਉਣਾ ਚਾਹੁੰਦੇ ਆਂ ਪੰਜਾਬੀ ਬਹੁਤ ਵਧੀਆ ਇੰਡਸਟਰੀ ਹੈ ਅਸੀਂ ਪੱਲਾ ਕਰ ਰਹੇ ਆਂ ਲੋਕ ਬਾਹਰ ਜਾ ਰਹੇ ਨੇ ਪੂਰੀ ਪੂਰੀ ਉਹਨਾਂ ਦੀ ਖਾਨਦਾਨ ਉਹਨਾਂ ਦੇ ਪੂਰੇ ਉਹਨਾਂ ਦੀ ਪੂਰੀ ਫੈਮਲੀ ਚੇਂਜ ਹੋ ਜਾਂਦੀ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਵੈਰੀ ਮਚ ਤੇ ਦੋਸਤੋ ਇਹ ਸੀਗੇ ਮਤੇਸ਼ ਮਲੋਤਰਾ ਜੀ ਜਿਹੜੇ ਕਿ ਸਾਕਾ ਦੇ ਸਟਡੀ ਅਬ੍ਰੋਡ ਦੇ ਪ੍ਰੈਜ਼ੀਡੈਂਟ ਹੈਗੇ ਅਸੀਂ ਇਹਨਾਂ ਨਾਲ ਵੀ ਗੱਲ ਕੀਤੀ ਹੈ ਬਿਕੋਜ਼ ਜਿਹੜੇ ਕੇਸਿਸ ਹੈਗੇ ਆ ਅਨਸਰਟਨਟੀਜ਼ ਬਹੁਤ ਹੈਗੀਆਂ ਸੋ ਅਸੀਂ ਇਸ ਚੀਜ਼ ਤੇ ਇੱਕ ਲਾਈਵ ਸ਼ੋ ਕਰਨਾ ਸ਼ੁਰੂ ਕਰਾਂਗੇ ਐਵਰੀ ਸੈਚਰਡੇ ਟਾਈਮ ਤੁਹਾਨੂੰ ਜਲਦੀ ਉਹਦੇ ਬਾਰੇ ਅਸੀਂ ਅਪਡੇਟ ਕਰਾਂਗੇ ਸੋ ਐਵਰੀ ਨੈਕਸਟ ਸੈਚਰਡੇ ਤੋਂ ਅਸੀਂ ਉਹਦੇ ਵਿੱਚ ਜਿਹੜੇ ਸਟੂਡੈਂਟਸ ਹੋਣ ਉਹਨਾਂ ਦੀ ਇਨਕੁਆਰੀਜ਼ ਲਾਵਾਂਗੇ ਅਸੀਂ ਕਿਸੇ ਵੀ ਪਰਟੀਕੂਲਰ ਬ੍ਰਾਂਡ ਦੇ ਬਾਰੇ ਗੱਲ ਨਹੀਂ ਕਰਾਂਗੇ ਅਸੀਂ ਉਹਦੇ ਵਿੱਚ ਨਾਰਮਲ ਕੁਐਰੀਜ਼ ਲਾਵਾਂਗੇ ਬੱਚਿਆਂ ਤੋਂ ਉਹਨਾਂ ਦੀ ਕੀ ਕੁਐਰੀਜ਼ ਹੈ ਤੇ ਕੋਸ਼ਿਸ਼ ਕਰਾਂਗੇ ਮਤੇਜ ਜੀ ਤੋਂ ਟਾਈਮ ਲੈ ਕੇ ਕਿ ਸੋ ਦੈਟ ਕਿ ਇਹ ਲਾਈਵ ਬੈਠੇ ਹੋਣ ਔਰ ਅਸੀਂ ਉਹਦੇ ਵਿੱਚ ਜਿਹੜੀ ਵੀ ਚੀਜ਼ਾਂ ਹੈਗੀਆਂ ਤੁਹਾਡੀ ਕੁਐਰੀਜ਼ ਨੂੰ ਹੱਲ ਕਰਾਈਏ ਜਿਹੜੀ ਅਨਸਰਟੈਂਟੀਆਂ ਹੋ ਗਈਆਂ ਡਿਊ ਟੂ ਕੋਵਿਡ ਜਾਂ ਡਿਊ ਟੂ ਬਹੁਤ ਵੱਡਾ ਇੱਕ ਗੈਪ ਆ ਗਿਆ ਉਹ ਸਾਰੀਆਂ ਚੀਜ਼ਾਂ ਨੂੰ ਹੱਲ ਕਰਾ ਸਕੀਏ ਔਰ ਇਹ ਆਵਾਜ਼ ਇੱਕ ਜਿਹੜੀ ਹੋਏਗੀ ਜਨਤਾ ਦੀ ਆਵਾਜ਼ ਹੋਏਗੀ ਨਿਸ਼ਪਕਸ਼ ਆਵਾਜ਼ ਹੋਏਗੀ ਕਿਸੇ ਬ੍ਰਾਂਡ ਦੇ ਨਾਲ ਪ੍ਰਮੋਟਿਡ ਨਹੀਂ ਹੋਏਗੀ ਇਸ ਚੀਜ਼ ਦਾ ਤੁਹਾਨੂੰ ਵਾਅਦਾ ਕਰਦੇ ਆਂ ਐਦਾਂ ਹੀ ਹੋਰ ਵੀ ਮੁੱਦਿਆਂ ਨਾਲ ਤੁਹਾਨੂੰ ਜਾਣੂ ਕਰਵਾਉਂਦੇ ਰਾਵਾਂਗੇ ਦੇਖਦੇ ਰਹੋ ਬਨੇ ਰਹੋ ਜਾਣਹਤ ਐਸੀ ਧੰਨਵਾਦ